ਭਾਰਤੀ ਕਮਿਊਨਿਸਟ ਪਾਰਟੀ ਦਾ ਔਰ ਇਹਦੇ ਨਾਲ ਰਿਲੇਟਡ ਜਿਹੜੀਆਂ ਨੇ ਔਰਗਨਾਈਜੇਸ਼ਨਾਂ ਨੇ ਜਿਹਦੇ ਵਿੱਚ ਅੱਜ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਹੈ, ਆਲ ਇੰਡੀਆ ਯੂਥ ਫੈਡਰੇਸ਼ਨ ਹੈ, ਜਦੋਂ ਵੀ ਦੇਸ਼ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੱਡੀ ਕਹਿ ਲਓ ਮਹਾਂਮਾਰੀ ਨੇ ਅਟੈਕ ਕੀਤਾ, ਕੋਈ ਹਮਲਾ ਕੀਤਾ ਹੈ, ਤਾਂ ਉਸ ਵਕਤ ਦੀ ਸਰਕਾਰ ਦਾ ਡਟ ਕੇ ਸਾਥ ਦਿੱਤਾ ਹੈ। ਔਰ ਇਸ ਵਕਤ ਵੀ ਜਿਹੜਾ ਨੋਵਲ ਕਰੋਨਾ ਵਾਇਰਸ ਦਾ ਜਿਹੜਾ ਪੂਰਾ ਪ੍ਰਸਾਰ ਉਹ ਪੂਰੇ ਵਰਲਡ 'ਤੇ ਉਹਦਾ ਹਮਲਾ ਇੱਕ ਤਰ੍ਹਾਂ ਦਾ ਹੋ ਚੁੱਕਿਆ ਹੈ, ਔਰ ਉਹਦੇ ਨਾਲ ਨਿਪਟਣ ਵਾਸਤੇ ਜਿਸ ਤਰ੍ਹਾਂ ਸਰਕਾਰ ਹਦਾਇਤਾਂ ਕਰ ਰਹੀ ਹੈ ਉਹਦੇ ਨਾਲ ਪੂਰਾ ਬਰਾਬਰ 'ਤੇ ਜਿਹੜਾ ਭਾਰਤੀ ਕਮਿਊਨਿਸਟ ਪਾਰਟੀ, ਆਲ ਇੰਡੀਆ ਸਟੂਡੈਂਟ ਫੈਡਰੇਸ਼ਨ, AIYF ਔਰ ਬਾਕੀ ਜਿਹੜੀਆਂ ਜਥੇਬੰਦੀਆਂ ਨੇ, ਪੰਜਾਬ ਕਿਸਾਨ ਸਭਾ ਹੈ, ਉਹ ਪੂਰੇ ਦਾ ਪੂਰਾ ਅਸੀਂ ਸਾਥ ਦੇਵਾਂਗੇ। ਪਰ ਨਾਲ ਦੀ ਨਾਲ ਅਸੀਂ ਆਪਣੀਆਂ ਜਥੇਬੰਦੀਆਂ ਰਾਹੀਂ ਪਾਰਟੀ ਰਾਹੀਂ ਅਪੀਲ ਕਰਨਾ ਚਾਹੁੰਦੇ ਹਾਂ ਕਿ ਦੇਸ਼ ਦੇ ਵਿੱਚ ਜਿਹੜਾ ਪੂਰਾ ਅੰਨ ਭੰਡਾਰ ਹੈ ਸਾਡੇ ਦੇਸ਼ ਦੇ ਗੋਦਾਮਾਂ ਦੇ ਵਿੱਚ, ਉਹ ਲਗਭਗ 7.5 ਕਰੋੜ ਟਨ ਜਿਹੜਾ ਸਾਡਾ ਅਨਾਜ ਉਹ ਗੋਦਾਮਾਂ ਦੇ ਵਿੱਚ ਪਿਆ ਹੋਇਆ ਹੈ। ਇਸ ਤਰ੍ਹਾਂ ਦੀ ਪ੍ਰਸਥਿਤੀਆਂ ਦੇ ਵਿੱਚ ਜਿਹੜਾ ਉਹ ਅਨਾਜ ਹੈ ਉਹ ਲੋੜਵੰਦ ਲੋਕਾਂ ਦੇ ਵਿੱਚ ਵੰਡ ਦੇਣਾ ਚਾਹੀਦਾ ਸਾਡੀ ਸਰਕਾਰ ਨੂੰ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਗਿਆ ਭਾਸ਼ਣ ਉਹ ਕਾਫੀ ਨਹੀਂ ਹੈ। ਅਸੀਂ ਇਹ ਵੀ ਆਪਣੀ ਪਾਰਟੀ ਵੱਲੋਂ, ਆਪਣੀਆਂ ਜਥੇਬੰਦੀਆਂ ਵੱਲੋਂ ਅਪੀਲ ਕਰਾਂਗੇ ਕਿ ਇਸ ਤਰ੍ਹਾਂ ਦੀ ਬਿਮਾਰੀ ਦੇ ਨਾਲ ਟਾਕਰਾ ਕਰਨ ਵਾਸਤੇ ਸਾਨੂੰ ਹੋਰ ਡਾਕਟਰਾਂ ਨੂੰ ਭਰਤੀ ਕਰਨ ਦੀ ਲੋੜ ਹੈ, ਹੋਰ ਜਿਹੜੇ ਹੌਸਪੀਟਲ ਨੇ ਉਹਨਾਂ ਨੂੰ ਡਿਵੈਲਪ ਕਰਨ ਦੀ ਲੋੜ ਹੈ। ਸਾਡਾ ਜਿਹੜਾ ਸਿਹਤ ਸਿਸਟਮ ਹੈ, ਸਾਡੇ ਸਾਹਮਣੇ ਵਰਲਡ ਦੀ ਉਦਾਹਰਣ ਹੈ ਕਿ ਇਟਲੀ ਵਰਲਡ ਦੇ 2 ਨੰਬਰ 'ਤੇ ਸਿਹਤ ਦੀਆਂ ਸੇਵਾਵਾਂ ਦੇ ਵਿੱਚ ਮੰਨਿਆ ਜਾਣ ਵਾਲਾ ਦੇਸ਼ ਸੀ, ਉਸ ਨੂੰ ਵੀ ਇਸ ਵਾਇਰਸ ਨੇ ਹੱਥ ਖੜ੍ਹੇ ਕਰਵਾ ਦਿੱਤੇ ਨੇ। ਤਾਂ ਅਸੀਂ ਇਹ ਬਦਕਿਸਮਤੀ ਨਾਲ ਕਹਿ ਸਕਦੇ ਹਾਂ ਕਿ ਕਾਸ਼ ਸਾਡੀਆਂ ਸਰਕਾਰਾਂ, ਚਾਹੇ ਉਹ ਸੂਬਾ ਸਰਕਾਰ ਹੈ ਚਾਹੇ ਉਹ ਸੈਂਟਰ ਸਰਕਾਰ ਹੈ, ਉਹਨਾਂ ਨੂੰ ਪਹਿਲਾਂ ਵੀ ਜਿਹੜਾ ਹੈ ਇਹ ਭਵਿੱਖ ਦੀ ਜਾਣਕਾਰੀ ਰੱਖਦਿਆਂ ਸਾਨੂੰ ਇਸ ਤਰ੍ਹਾਂ ਦੀਆਂ ਬਿਮਾਰੀਆਂ ਦਾ ਟਾਕਰਾ ਕਰਨ ਵਾਸਤੇ ਵੱਧ ਤੋਂ ਵੱਧ ਡਾਕਟਰਾਂ ਦੀ ਜਿੱਥੇ ਲੋੜ ਪੈਣੀ ਹੈ ਉੱਥੇ ਹੋਰ ਜਿਹੜਾ ਅਮਲਾ ਕਿੰਨਿਆਂ ਦੀ ਲੋੜ ਪੈਣੀ ਹੈ ਉਹਨਾਂ ਦੇ ਵਾਸਤੇ ਅੱਜ ਤੋਂ ਹੀ ਜਿਹੜਾ ਸਾਡੀਆਂ ਸਰਕਾਰਾਂ ਨੂੰ ਇਹ ਪੂਰੇ ਜਿਹੜੇ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਨੇ। ਔਰ ਜਿੱਥੇ ਵੀ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦਾ, ਆਲ ਇੰਡੀਆ ਯੂਥ ਫੈਡਰੇਸ਼ਨ ਦਾ ਜਿਹੜਾ ਉਹ ਡਿਊਟੀ ਬਣੇਗੀ ਉਹ ਕਰੇਗੀ, ਕਿਉਂਕਿ ਬੰਗਾਲ ਦੇ ਵਿੱਚ ਇੱਕ ਵਾਰੀ ਕਾਲ ਪਿਆ ਸੀ 1949 ਦੇ ਕਰੀਬ, ਔਰ ਉਸ ਵਕਤ ਜਿਹੜਾ ਹੈ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਨੇ ਪੂਰੇ ਦੇਸ਼ ਦੇ ਵਿੱਚੋਂ ਅਨਾਜ ਇਕੱਠਾ ਕਰਕੇ ਉਹਨਾਂ ਤੱਕ ਪਹੁੰਚਾਉਣ ਦੀ ਗੱਲ ਕੀਤੀ ਸੀ। ਜੇਕਰ ਸਾਡੀ ਵੀ ਜਿਸ ਤਰ੍ਹਾਂ ਅਸੀਂ ਲੋਕਾਂ ਤੱਕ ਪਹੁੰਚਾਉਣ ਦੀ ਗੱਲ ਹੋਈ ਸਹੂਲਤਾਂ ਦੀ, ਤਾਂ ਉਹ ਅਸੀਂ ਜ਼ਰੂਰ ਆਪਣੀ ਕੋਸ਼ਿਸ਼ ਕਰਾਂਗੇ ਆਪਣੀ ਪਾਰਟੀ ਵੱਲੋਂ ਔਰ ਜਥੇਬੰਦੀ ਵੱਲੋਂ।